ਵਾਹਿਗੁਰੂ ਸਾਹਿਬ ਜੀਓ ਵੈ ਸਾਖੇ ਧੀਰਨ ਕਿਉ ਵਾਡਿਆ ਜਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਵੈ ਸਾਖ ਟੀਰਨ ਕਿਉ ਵਾਡਿਆ ਜਿੰਨਾ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗ ਧਨ ਹਰ ਅਬినాਸ਼ੀ ਓਹ ਪਲਚ ਪਲਚ ਸਗਲੀ ਮੁਈ ਉਠ ਧੰਦਾ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਹ ਖੋਹਿ ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨ ਔਰ ਨਾ ਕੋਈ ਪ੍ਰੀਤਮ ਚਰਣੀ ਜੋ ਲੱਗੇ ਤិន ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਰਾਪਤ ਹੋਇ ਵਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟ ਹਰ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਇ ਵੈ ਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟ ਹਰ ਸੋਇ ਵੈਸਾਖ ਧੀਰਨ ਕਿਉ ਵਾਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖ ਦਾ ਮਹੀਨਾ ਆਰੰਭ ਹੋਇਆ ਹੈ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਵਿਸਾਖ ਦੀ ਸੰਗਰਾਮ ਦੇ ਉਤੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਲੋਕਾਈ ਨੂੰ ਵਾਠ ਦੇ ਰੂਪ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਇਹ ਵਿਸਾਖ ਦਾ ਮਹੀਨਾ ਸਿੱਖ ਇਤਿਹਾਸ ਦੇ ਵਿੱਚ ਬੜਾ ਅਹਿਮ ਦਿਨ ਹੈ 1756 ਬਿਕਰਮੀ 1699 ਈਸਵੀ ਨੂੰ ਤਨ ਗੁਰੂ ਕਲਗੀਧਰ ਪਾਸ਼ਾ ਤਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਵਿਰੂਧ ਦੇ ਹੁਕਮ ਦੇ ਵਿੱਚ ਖਾਲਸੇ ਪੰਥ ਦੀ ਸਜਣਾ ਕੀਤੀ ਹੈ ਜਦੋਂ ਕੁਝ ਮਹੀਨੇ ਪਹਿਲਾਂ ਦੂਰ ਦੂਰ ਤੱਕ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਸੰਗਤਾਂ ਨੂੰ ਸਨੇਹੇ ਭੇਜੇ ਸਨ ਹੁਕਮਨਾਮੇ ਭੇਜੇ ਸਨ ਕਿ ਸਾਰੀਆਂ ਸੰਗਤਾਂ ਵਿਸਾਖੀ ਵਾਲੇ ਦਿਨ ਇਕੱਠੀਆਂ ਹੋਣ ਇੱਕ ਅਚਜ ਕਵਤਕ ਵਰਤਾਇਆ ਸੀ ਮਹਾਰਾਜ ਜੀ ਨੇ ਸਟੇਜ ਦੇ ਪਿਛਲੇ ਪਾਸੇ ਸੁੰਦਰ ਤੰਬੂ ਲਵਾਏ ਸਨ ਮਹਾਰਾਜ ਨੇ ਇੱਕ ਤੰਬੂ ਦੇ ਵਿੱਚੋਂ ਨਿਕਲੇ ਹਨ ਤੇ ਸਟੇਜ ਦੇ ਉੱਤੇ ਆਣ ਕੇ ਸਾਹਮਣੇ ਆਣ ਕੇ ਖਲੋ ਗਏ ਨੇ ਤੇ ਹਜੂਰ ਦੇ ਮਹਾਰਾਜ ਦੇ ਸੀਸ ਦੇ ਉੱਤੇ ਸੁਨਹਿਰੀ ਚੱਕਰ ਮਥੇ ਉਤੇ ਹੀਰਿਆਂ ਨਾਲ ਜੜੀ ਹੋਈ ਕਲਗੀ ਸ਼ੋਭਾ ਪਾ ਰਹੀ ਏ ਮਹਾਰਾਜ ਦੇ ਨਿਤਰ ਬੀਰ ਅਸ ਦੇ ਵਿੱਚ ਸੁਰਖ ਹੋਏ ਪਏ ਨੇ ਤੇ ਚਿਹਰਾ ਕਿਸੇ ਹੋਰ ਰੋਹ ਦੇ ਵਿੱਚ ਬੜਾ ਤਣਿਆ ਹੋਇਆ ਤੇ ਸੱਜੇ ਹੱਥ ਦੇ ਵਿੱਚ ਮਹਾਰਾਜ ਦੀ ਬਿਜਲੀ ਵਾਂਗ ਲਿਸ਼ਕਦੀ ਹੋਈ ਦੰਗੀ ਤਲਵਾਰ ਫੜੀ ਹੈ ਵਿਦਵਾਨਾਂ ਨੇ ਲਿਖਿਆ ਹੈ 10 ਲੱਖ ਦਾ ਕੱਠ ਹੈ ਕਿਸੇ ਨੇ ਲਿਖਿਆ ਸੀ ਹਜ਼ਾਰ ਦਾ ਕੱਠ ਹੈ ਜੰਨੀਆਂ ਸੰਗਤਾਂ ਨੂੰ ਸਨੇਹ ਭੇਜੇ ਸਨ ਦੂਰ ਦੂਰ ਤੱਕ ਜਿੱਥੋਂ ਤੱਕ ਨਿਗਾਹ ਪੈਂਦੀ ਏ ਸੰਗਤਾਂ ਹੀ ਸੰਗਤਾਂ ਨੇ ਤੇ ਕੁਝ ਮਿੰਟ ਮਹਾਰਾਜ ਚੁੱਪਚੀ ਪੀਤੇ ਖਲੋਤੇ ਨੇ ਸੰਗਤਾਂ ਵੱਲ ਵਿੰਦੇ ਰਹੇ ਅਖੀਰ ਸਜੇ ਹੱਥ ਵਿੱਚ ਫੜੀ ਹੋਈ ਜਿਹੜੀ ਕਿਰਪਾਨ ਹੈ ਉਹਨੂੰ ਲਹਿਰਾ ਕੇ ਮਹਾਰਾਜ ਜੀ ਨੇ ਸਰੀਰ ਥੋੜਾ ਜਿਹਾ ਵੀਰਾਸ ਵਿੱਚ ਲਿਆ ਕੇ ਮੁਖ ਤੋਂ ਗਰਜਵੀਂ ਆਵਾਜ਼ ਦੇ ਵਿੱਚ ਆਖਿਆ ਸਾਧ ਸੰਗਤ ਜੀ ਸਾਨੂੰ ਇੱਕ ਸਿਰ ਦੀ ਲੋੜ ਹੈ ਕੋਈ ਉઠੋ ਭਾਈ ਗੁਰੂ ਕਾ ਸਿੱਖ ਜਿਹੜਾ ਖੁਸ਼ੀ ਨਾਲ ਸੀਸ ਪੇਟਾ ਕਰੇ ਕੋਈ ਹੈ ਤੁਹਾਡੇ ਵਿੱਚੋਂ ਜਿਹੜਾ ਗੁਰੂ ਨੂੰ ਧਰਮ ਦੀ ਖਾਤਰ ਸੀਸ ਪੇਟ ਕਰ ਸਕੇ ਇਸ ਅਨੋਖੀ ਮੰਗ ਨੂੰ ਸੁਣ ਕੇ ਸੰਗਤਾਂ ਬੜੀਆਂ ਹੈਰਾਨ ਹੋਈਆਂ ਇੱਕ ਦੋ ਮਿੰਟ ਬੀਤ ਗਏ ਕੋਈ ਉਠਿਆ ਨਾ ਕੋਈ ਜਵਾਬ ਨਾ ਆਇਆ ਫਿਰ ਮਹਾਰਾਜ ਨੇ ਆਖਿਆ ਇੰਨੀ ਦੇਰ ਅੱਗੇ ਨਾਲੋਂ ਵੀ ਉੱਚੀ ਸੁਰ ਦੇ ਵਿੱਚ ਮਹਾਰਾਜ ਨੇ ਕਿਹਾ ਉਠੋ ਭਾਈ ਜਿਹੜਾ ਸਿਰ ਦੇਣ ਲਈ ਤਿਆਰ ਹੈ ਗੁਰੂ ਨੂੰ ਸਿਰ ਦੀ ਲੋੜ ਹੈ ਫਿਰ ਇੱਕ ਸਿੱਖ ਉੱਠਿਆ ਹੱਥ ਜੋੜੇ ਸੀਸ ਨਮਾਇਆ ਤੇ ਆਖਿਆ ਸੱਚੇ ਪਾਤਸ਼ਾਹ ਇਹਦਾ ਨਾਮ ਸੀ ਭਾਈ ਦਇਆ RAM ਆਖਿਆ ਮਹਾਰਾਜ ਭੁੱਲ ਹੋ ਗਈ ਪਹਿਲੀ ਆਵਾਜ਼ ਦੇ ਵਿੱਚ ਹੁਕਮ ਦੇ ਵਿੱਚ ਮੈਂ ਉੱਠਿਆ ਨਹੀਂ ਪਹਿਲਾਂ ਤਾਂ ਇਹ ਮੇਰੀ ਗੁਸਤਾਖੀ ਮਾਫ ਕੀਤੀ ਜਾਵੇ ਦਾਸ ਦਾ ਸੀਸ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੈ ਮਹਾਰਾਜ ਮਹਾਰਾਜ ਕੋਲ ਆ ਪਹੁੰਚਿਆ ਸੇਸ਼ ਝਕਾ ਕੇ ਗੁਰਦੇਵ ਮਹਾਰਾਜ ਨੂੰ ਬਾਹ ਤੋਂ ਫੜ ਕੇ ਤੰਬੂ ਵਿੱਚ ਲੈ ਗਏ ਤੇ ਤੰਬੂ ਵਿੱਚ ਜਾ ਕੇ ਸਿਰ ਕਲਮ ਕਰ ਦਿੱਤਾ ਹੈ ਜਦੋਂ ਲਹੂ ਨਾ ਪਜੀ ਹੋਈ ਬਿੜੀ ਹੋਈ ਤਲਵਾਰ ਲਿਆ ਕੇ ਫੇਰ ਸਟੇਜ ਦੇ ਉੱਤੇ ਆਣ ਕੇ ਦੂਸਰੇ ਸਿਰ ਦੀ ਮੰਗ ਕੀਤੀ ਹੈ ਤੇ ਬਹੁਤੀਆਂ ਸੰਗਤਾਂ ਵੇਖ ਕੇ ਭੱਜ ਗਈਆਂ ਵੀ ਇਹ ਕਿਹੋ ਜੀ ਮੰਗ ਹੈ ਇਹ ਤੇ ਭਾਈ ਦਇਆਰਾਮ ਨੂੰ ਮਾਰ ਦਿੱਤਾ ਮਹਾਰਾਜ ਨੇ ਪਰ ਗੁਰੂ ਦੇ ਚੋਜਾਂ ਨੂੰ ਕਿਹੜਾ ਜਾਣੇ ਸਤਿਗੁਰੂ ਮੇਰਾ ਮਾਰਜੀ ਵਾਲਾ ਉਹ ਤੇ ਮਰਿਆ ਨੂੰ ਜਿਵਉਣ ਵਾਲਾ ਹੈ ਇਹ ਅੱਜ ਦਾ ਦਿਨ ਹੀ ਸੀ ਵਿਸਾਖੀ ਵਾਲੇ ਦਿਨ ਹੈ ਜਦੋਂ ਦੂਸਰੇ ਸਿਰ ਦੀ ਮੰਗ ਕੀਤੀ ਹੈ ਇਸੇ ਤਰ੍ਹਾਂ ਭਾਈ ਦਇਆਰਾਮ ਇਸੇ ਤਰ੍ਹਾਂ ਭਾਈ ਧਰਮਚੰਦ ਉੱਠੇ ਨੇ ਸੀਸ ਨਵਾਇਆ ਤੰਬੂ ਵਿੱਚ ਲੈ ਕੇ ਗਏ ਸੀਸ ਕਲਮ ਕੀਤਾ ਇਸੇ ਤਰ੍ਹਾਂ ਤੀਸਰਾ ਚੌਥਾ ਪੰਜਵਾਂ ਪੰਜ ਸਿਰ ਭਾਈ ਹਿਮਤ ਸਿੰਘ ਭਾਈ ਮੋਹਕਮ ਸਿੰਘ ਦੇ ਭਾਈ ਸਾਹਿਬ ਸਿੰਘ ਦਾ ਸੀਸ ਕਲਮ ਕੀਤਾ ਹੈ ਸੀਸਕ ਬਖਰੇ ਹੁਣ ਤੋਂ ਬਾਦ ਫਿਰ ਜੋੜੇ ਨੇ ਤੇ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦੇ ਕੇ ਪੰਜ ਪਿਆਰਿਆਂ ਦਾ ਖਿਤਾਬ ਦਿੱਤਾ ਹੈ ਇਹ ਪੰਜ ਪਿਆਰੇ ਕਿਉਂ ਆਂਦੇ ਨੇ ਪੰਜ ਪਿਆਰਿਆਂ ਦਾ ਨਾਮ ਇਹਨਾਂ ਨੂੰ ਪਿਆਰੇ ਕਿਉਂ ਆਖਿਆ ਕਿਉਂਕਿ ਇਹ ਇੱਕ ਤਾਂ ਗੁਰੂ ਨੂੰ ਪਿਆਰੇ ਨੇ ਸਭਨੋਂ ਜ਼ਿਆਦਾ ਪਿਆਰੇ ਨੇ ਜਿਨ੍ਹਾਂ ਨੇ ਸੀਸ ਭੇਟ ਕੀਤਾ ਹੈ ਤੇ ਗੁਰੂ ਵਰਗੇ ਹੋ ਗਏ ਨੇ ਨਾਮ ਅਭਿਆਸੀਆਂ ਨੇ ਦੂਸਰਾ ਅਰਥ ਇਹਦਾ ਇਹ ਕੀਤਾ ਹੈ ਵੀ ਜਦੋਂ ਕੋਈ ਪ੍ਰਾਣੀ ਮਨੁੱਖ ਚੜ੍ਹਾਈ ਕਰ ਜਵੇ ਆਮੀ ਲੋਕੀ ਕਹਿ ਦਿੰਦੇ ਜੀ ਪਿਆਰਾ ਹੋ ਗਿਆ ਜੀ ਰੱਬ ਨੂੰ ਫਲਾਣਾ ਬੰਦਾ ਰੱਬ ਨੂੰ ਪਿਆਰਾ ਹੋ ਗਿਆ ਹੈ ਇਸੇ ਤਰ੍ਹਾਂ ਮਰਨ ਤੋਂ ਬਾਅਦ ਲੋਕੀ ਕਹਿੰਦੇ ਰੱਬ ਨੂੰ ਪਿਆਰਾ ਹੋ ਗਿਆ ਹੈ ਗੁਰੂ ਸਾਹਿਬ ਕਹਿੰਦੇ ਨੇ ਇਹ ਮੈਨੂੰ ਪਿਆਰੇ ਹੋ ਗਏ ਨੇ ਇਹ ਜਿਉਂਦੇ ਜੀ ਮਰ ਗਏ ਨੇ ਇਹਨਾਂ ਨੇ ਆਪਾ ਭਾ ਮਾਰ ਦਿੱਤਾ ਹੈ ਹਮੈ ਮਾਰ ਦਿੱਤੀ ਹੈ ਮੈਂ ਮੇਰੀ ਦੀ ਹੋਂਦ ਨੂੰ ਖਤਮ ਕਰ ਦਿੱਤਾ ਹੈ ਇਸ ਕਰਕੇ ਜਿਉਂਦੇ ਹੋਏ ਮਰਿਆਂ ਦਾ ਨਾਮ ਇਹ ਮੈਨੂੰ ਬੜੇ ਪਿਆਰੇ ਨੇ ਤੇ ਇਹਨਾਂ ਦਾ ਨਾਮ ਜਿਨ੍ਹਾਂ ਨੇ ਪਹਿਲਾਂ ਨੇ ਪੰਜਾਂ ਨੇ ਅਮਰਤ ਛਕਿਆ ਉਹਨਾਂ ਨੂੰ ਪੰਜ ਪਿਆਰਿਆਂ ਦਾ ਖਿਤਾਬ ਦਿੱਤਾ ਮਹਾਰਾਜ ਨੇ ਜਿਹੜੇ ਬਾਅਦ ਵਿੱਚ ਅਮਰਤ ਛਕਿਆ ਪੰਜਾਂ ਨੇ ਉਹਨਾਂ ਨੂੰ ਪੰਜ ਮੁਖਤਿਆਂ ਦਾ ਨਾਮ ਦਿੱਤਾ ਮਹਾਰਾਜ ਨੇ ਔਰ ਤੋਂ ਬਾਅਦ ਫਿਰ ਪੰਜ ਜਥੇ ਬਣਾਏ ਤੇ ਪੰਜੀਆਂ ਨੇ ਅਮਰਤ ਛਕਿਆ ਪੰਜੀਆਂ ਦਾ ਨਾਮ ਮਹਾਰਾਜ ਨੇ ਆਖਿਆ ਇਹ ਹੈ ਦੀਦਾਰੀ ਤੇ ਜਦੋਂ ਬਹੁਤਿਆਂ ਨੇ ਅਮਰਤ ਛਕ ਲਿਆ ਛਕਦੇ ਗਏ ਫਿਰ ਮਹਾਰਾਜ ਨੇ ਆਖਿਆ ਅਪਰ ਅਪਾਰੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਕੋਲੋਂ ਅੱਜ ਦੇ ਦਿਨ ਵਾਰੀ ਵਾਰੀ ਸੰਤਾਂ ਅਮਰਤ ਛਕਦੀਆਂ ਰਹੀਆਂ ਗੁਰੂ ਸਾਹਿਬ ਨੇ ਖੁਦ ਵੀ ਅਮਰਤ ਛਕਿਆ ਪੰਜਾਬ ਪਿਆਰਿਆਂ ਕਰੋ ਲੈ ਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਸਜੇ ਹਨ ਮਾਤਾਵਾਂ ਨੇ ਅਮਰ ਛਕਿਆ ਹੈ ਸਹਿਬਜ਼ਾਦਿਆਂ ਨੇ ਅਮਰ ਛਕਿਆ ਹੈ ਇਸ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਮਹਾਰਾਜ ਜੀ ਨੇ ਅਚਰਜਕ ਗੌਤਕ ਵਰਤਾਇਆ ਖਾਲਸੇ ਉਤੇ ਭਾਰੀ ਬਖਸ਼ਿਸ਼ ਕੀਤੀ ਹੈ ਖਾਲਸੇ ਪੰਥ ਦੀ ਸਜਣਾ ਕੀਤੀ ਅੱਜ ਵਿਸਾਖੀ ਵਾਲਾ ਦਿਨ ਹੈ ਸੰਗਤਾਂ ਨੂੰ ਖਾਲਸਾ ਸਜਣਾ ਦਿਸਦੀਆਂ ਲੱਖ ਲੱਖ ਮੁਬਾਰਕਾਂ ਹੋਣ ਆਓ ਗੁਰੂ ਸਾਹਿਬ ਦਾ ਪਾਵਨ ਉਪਦੇਸ਼ ਜੋ ਵਿਸਾਖ ਦੇ ਮਹੀਨੇ ਵਿੱਚ ਬਖਸ਼ਿਸ਼ ਕੀਤਾ ਹੈ ਉਹਨੂੰ ਸਰਵਣ ਕਰੀਏ ਸੰਖੇਪ ਵਿਚਾਰ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੈਸਖ ਧੀਰਨ ਕਿਉ ਵਾਢਿਆ ਜਦਾਂ ਪ੍ਰੇਮ ਵਿਸੋਹ ਵੈਸਾਖ ਹੈ ਵੈਸਾਖ ਦਾ ਮਹੀਨਾ ਵੈਸਾਖ ਇਹ ਮਨੁੱਖਾ ਜਨਮ ਮਹਾਰਾ ਕਹਿੰਦੇ ਵਿਸਾਖ ਦੇ ਮਹੀਨੇ ਵਿੱਚ ਮਨੁੱਖਾ ਜਨਮ ਵਿੱਚ ਉਹ ਜਿਹੜੀਆਂ ਜੀਵ ਇਸਤਰੀਆਂ ਨੇ ਪ੍ਰਭੂ ਤੋਂ ਵਿਛੜੇ ਹੋਏ ਆਸੀਂ ਸਾਰੇ ਜਿਹੜੇ ਵੀ ਉਸ ਪ੍ਰਮਾਤਮਾ ਤੋਂ ਵਿਛੜੇ ਹੋਏ ਨੇ ਪ੍ਰਮਾਤਮਾ ਦਾ ਪ੍ਰੇਮ ਕੋਲ ਨਹੀਂ ਉਨ੍ਹਾਂ ਦਾ ਮਨ ਕਿਵੇਂ ਧੀਰਜ ਫੜ ਸਕਦਾ ਹੈ? ਉਨ੍ਹਾਂ ਦਾ ਮਨ ਕਿਵੇਂ ਠਹਿਰ ਸਕਦਾ ਹੈ? ਉਨ੍ਹਾਂ ਦੇ ਮਨ ਦੇ ਵਿੱਚ ਸਹਜ ਕਿਵੇਂ ਆਵੇ? ਭਾਵ ਕਿ ਨਹੀਂ ਆ ਸਕਦਾ ਜਿਨ੍ਹਾਂ ਦਾ ਉਸ ਵਾਹਿਗੁਰੂ ਪ੍ਰਮਾਤਮਾ ਦੇ ਪ੍ਰੇਮ ਦਾ ਵਿਛੋੜਾ ਪੈ ਚੁਕਿਆ ਹੈ। ਜਿਨ੍ਹਾਂ ਦੇ ਹਿਰਦੇ ਪ੍ਰੇਮ ਤੋਂ ਸਖਣੇ ਨੇ ਉਸ ਵਾਹਿਗੁਰੂ ਦੀ ਯਾਦ ਸਿਮਰਨ ਨਹੀਂ ਉਹ ਕਦੇ ਵੀ ਧੀਰਜ ਨਹੀਂ ਵਫੜ ਸਕਦੇ, ਕਦੇ ਵੀ ਸਹਜ ਵਿੱਚ ਨਹੀਂ ਆ ਸਕਦੇ, ਹਰ ਵੇਲੇ ਭਟਕਦੇ ਰਹਿੰਦੇ ਹਨ। ਮਹਾਰਾਜ ਜੀ ਕਿਉਂ ਵਿਛੜੇ ਨੇ? ਕੀ ਕਾਰਨ ਹੈ ਪੀ ਇਹਨਾਂ ਨੂੰ ਧੀਰਜ ਨਹੀਂ ਆਉਂਦਾ ਇਹਨਾਂ ਦੇ ਵਿਛੜਨ ਦਾ ਕਾਰਨ ਕੀ ਹੈ ਅਗਲੀ ਪੰਕਤੀ 'ਚ ਮਹਾਰਾਜ ਆਖਦੇ ਨੇ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋਹ ਕਹਿੰਦੇ ਉਸ ਪਰਮਾਤਮਾ ਨੂੰ ਵਾਹਿਗੁਰੂ ਜਿਹੜਾ ਸੱਜਣ ਹੈ ਜਿਹੜਾ ਅਸਲੀ ਸੱਜਣ ਹੈ ਉਹਨੂੰ ਵਿਸਾਰ ਦਿਤਾ ਹੈ ਜਿਹੜੀ ਮਾਇਆ ਮੋਹਣੀ ਹੈ ਇਹ ਚੰਬੜੀ ਹੋਈ ਹੈ ਇਹਦਾ ਪ੍ਰਭਾਵ ਇਹਦੇ ਤੇ ਪਿਆ ਹੋਇਆ ਹੈ ਇਸ ਕਰਕੇ ਮਾਇਆ ਜਿਹੜੀ ਇਹ ਦਿਮਾਗ ਨੂੰ ਚੜ ਗਈ ਏ ਕਿਸੇ ਦੇ ਮਨ ਨੂੰ ਚੜ ਗਈ ਏ ਕਿਸੇ ਦੀ ਬੁੱਧ ਦੇ ਉੱਤੇ ਕਬਜ਼ਾ ਹੈ ਇਸ ਕਰਕੇ ਮਾਇਆ ਦੇ ਪ੍ਰਭਾਵ ਦੇ ਹੇਠਾਂ ਕੇ ਇਹਨੇ ਵਹਿਗੁਰੂ ਨੂੰ ਅਸਾਰ ਦਿੱਤਾ ਹੈ ਜਿਸ ਕਰਕੇ ਮਨ ਦਾ ਸਹਜ ਮਨ ਦਾ ਧੀਰਜ ਇਹ ਸਾਰਾ ਖਤਮ ਹੋ ਗਿਆ ਬੇਚੈਨੀ ਹੋ ਗਈ ਮਨ ਦੇ ਵਿੱਚ ਪ੍ਰਮਾਤਮਾ ਤੋਂ ਵਿਛੜਿਆ ਦੁੱਖ ਹੀ ਦੁੱਖ ਨੇ ਸ਼ੇਰ ਸ਼ਾਦੀ ਨੇ ਇੱਕ ਬੜੀ ਸੋਹਣੀ ਕਹਾਣੀ ਆਪਣੀ ਜ਼ਿੰਦਗੀ ਦੀ ਲਿਖੀ ਹੈ ਇਹਦੇ ਇੱਕ ਵਾਰ ਤੁਰਿਆ ਜਾਦਿਆ ਸਾਂ ਮੇਲੇ ਦੇ ਵਿੱਚ ਬਾਪ ਦੀ ਉਂਗਲ ਫੜੀ ਹੋਈ ਸੀ ਮੇਲਾ ਬੜਾ ਭਰਿਆ ਹੋਇਆ ਬੜੇ ਦੁਕਾਨਾਂ ਸਜੀਆਂ ਨੇ ਬੜੇ ਕੌਤਕ ਹੋ ਰਹੇ ਨੇ ਬੜੀਆਂ ਮਠਿਆਈਆਂ ਹੋਰ ਲੋਕੀ ਹੱਸ ਖੇਡ ਰਹੇ ਨੇ ਬੜੇ ਤਰ੍ਹਾਂ ਦੇ ਝੁੱਲੇ ਝੂਲ ਰਹੇ ਨੇ ਤੇ ਪਿਓ ਦੀ ਉਂਗਲੀ ਮੈਂ ਫੜੀ ਹੋਈ ਤੇ ਜਦੋਂ ਮੇਲਾ ਵਹਿੰਦੇ ਗਏ ਵਹਿੰਦੇ ਗਏ ਇੱਕ ਦੁਕਾਨ ਦੇ ਉੱਤੇ ਖਡਾਉਣਿਆਂ ਨੂੰ ਵੇਖ ਕੇ ਮੇਰਾ ਮਨ ਬਦਲ ਗਿਆ ਖਡੌਣਿਆਂ ਦੀ ਦੁਕਾਨ ਤੇ ਜਦੋਂ ਕੋਲ ਪਹੁੰਚੇ ਤੇ ਮੇਰਾ ਜਿਹੜਾ ਮਨ ਹੈ ਇਹ ਖਡੌਣਿਆਂ ਦੇ ਵਿੱਚ ਹੀ ਲੱਗ ਗਿਆ ਮੈਂ ਉੱਥੇ ਖਡੌਣੇ ਵੇਖਣ ਲੱਗ ਪਿਆ ਪਿਓ ਦੀ ਉਂਗਲ ਛੱਡ ਬੈਠਾ ਬਾਪ ਦੀ ਉਂਗਲ ਛੱਡਣ ਕਰਕੇ ਜਦੋਂ ਬਾਅਦ ਵਿੱਚ ਹੋਸ਼ ਆਈ ਵੇਖਿਆ ਚਕੰਨਾ ਹੋਇਆ ਤੇ ਪਿਓ ਕੋਲ ਨਹੀਂ ਸੀ ਬਾਪ ਮੇਲੇ ਵਿੱਚ ਗਵਾਚ ਗਿਆ ਹੈ ਮੈਂ ਕਿਤੇ ਹੋਰ ਫਿਰਦਾ ਤੇ ਬਾਪ ਮੇਰਾ ਮੈਨੂੰ ਲੱਭਦਾ ਏ ਮੈਂ ਉਹਨੂੰ ਲੱਭਦਾ ਹਾਂ ਪਾਵੇਂ ਮੇਲਾ ਭਰਿਆ ਹੋਇਆ ਸੀ ਦੁਕਾਨਾਂ ਸਜੀਆਂ ਹੋਈਆਂ ਸਨ ਬੜੇ ਕੌਤਕ ਤਮਾਸ਼ੇ ਹੋ ਰਹੇ ਸਨ ਲੋਕੀ ਹੱਸ ਖੇਡ ਰਹੇ ਨੇ ਪਰ ਮੇਰੇ ਮਨ ਦੇ ਵਿੱਚ ਉਦਾਸੀ ਹੈ ਮੈਨੂੰ ਇਹ ਮੇਲਾ ਚੰਗਾ ਨਾ ਲੱਗਾ ਮੈਨੂੰ ਇਹ ਦੁਕਾਨਾਂ ਇੱਕ ਡੌਣੀ ਚੰਗੇ ਨਾ ਲੱਗਣ ਕੋਈ ਸੱਜਣ ਮਿਲਿਆ ਮੇਰੇ ਬਾਪ ਦਾ ਦੋਸਤ ਉਹਨੇ ਪੁੱਛਿਆ ਪੁੱਤਰ ਰੋਂਦਾ ਕਿਉਂ ਹੈ ਉਦਾਸ ਕਿਉਂ ਹੈ ਤੇ ਉਦਾਸ ਹੋਣ ਦੀ ਮੈਨੂੰ ਵਜ੍ਹਾ ਦੱਸੀ ਵੀ ਮੇਰਾ ਪਿਓ ਮੇਰੇ ਨਾਲੋਂ ਵਿਛੜ ਗਿਆ ਹੈ ਮੈਂ ਉਹਦੀ ਉਂਗਲ ਛੱਡ ਬੈਠਾ ਉਨੇ ਮੈਨੂੰ ਤਰਾਂ-ਤਰਾਂ ਦੀਆਂ ਮਠਿਆਈਆਂ ਘੜਾਉਣੇ ਲੈ ਕੇ ਦਿੱਤੀਆਂ ਕਿ ਮੇਰਾ ਮਨ ਇਹਨਾਂ ਵਿੱਚ ਭਤੀਜ ਜਾਵੇ ਤੇ ਉਹਦੀ ਯਾਦ ਮੈਨੂੰ ਭੁੱਲ ਜਾਵੇ ਆਪਣੇ ਪਿਓ ਦੀ ਪਰ ਮੈਨੂੰ ਕੁਝ ਵੀ ਚੰਗਾ ਨਾ ਲੱਗੇ ਅਖੀਰ ਮੈਂ ਉਹਨੂੰ ਆਖਿਆ ਵੀ ਮੈਨੂੰ ਆਪਣੇ ਬਾਪ ਨਾਲ ਹੀ ਮਲਾ ਦਿਓ ਅਸੀਂ ਦੋਵੇਂ ਜਾੜੇ ਪਿਓ ਦੀ ਭਾਲ ਕਰਨ ਲੱਗੇ ਅਖੀਰ ਕਾਫੀ ਘੰਟਿਆਂ ਬਾਅਦ ਜਦੋਂ ਬਾਪਾਂ ਕੇ ਮਿਲਿਆ ਤੇ ਘੁੱਟ ਕੇ ਗੱਲ ਵਕੜੀ ਪਾਈ ਉਹ ਵੀ ਰੋਵੇ ਤੇ ਮੈਂ ਵੀ ਰੋਵਾ ਇਤੋ ਸਿੱਖਿਆ ਇਹ ਮਿਲਦੀ ਹੈ ਕਿੰਦੇ ਅੱਜ ਜਦੋਂ ਮੈਂ ਦੁਨੀਆ ਨੂੰ ਲੋਕਾਂ ਨੂੰ ਰੋਂਦਿਆ ਹੋਇਆ ਵੇਖਾਂ ਉਦਾਸ ਵੇਖਦਾ ਬੇਚੈਨ ਵੇਖਦਾ ਹਾਂ ਤੇ ਮੈਨੂੰ ਆਪਣੇ ਬਚਪਨ ਦੀ ਇਹ ਘਟਨਾ ਯਾਦ ਆ ਜਾਂਦੀ ਏ ਕਿ ਜਿਵੇਂ ਮੇਲੇ ਦੇ ਵਿੱਚ ਬਾਪ ਦੀ ਉਂਗਲ ਛੱਡ ਕੇ ਮੈਂ ਬੜਾ ਪਛਤਾਇਆ ਮੈਂ ਬੜਾ ਰੋਇਆ ਸਾਂ ਇਦਾਂ ਹੀ ਇਹ ਲੋਕ ਜਿਹੜੇ ਰੋਂਦੇ ਨੇ ਕਿਤੇ ਨਾ ਕਿਤੇ ਆਪਣੇ ਪ੍ਰਮਾਤਮਾ ਦੀ ਬਾਪ ਦੀ ਉਂਗਲ ਛੱਡ ਬੈਠੇ ਨੇ ਉਹਦਾ ਪੱਲਾ ਛੱਡ ਬੈਠੇ ਨੇ ਉਹਦੀ ਸਿੱਖਿਆ ਛੱਡ ਬੈਠੇ ਨੇ ਇਸ ਕਰਕੇ ਮਹਾਰਾ ਜੀ ਕਹਿੰਦੇ ਨੇ ਵੀ ਉਹਨਾਂ ਦੇ ਮਨ ਦੇ ਵਿੱਚ ਧੀਰਜ ਸਹਿਜ ਕਿਵੇਂ ਆਵੇ ਇਸ ਕਰਕੇ ਕਿਉਂਕਿ ਪ੍ਰਮਾਤਮਾ ਤੋਂ ਵਿਛੜੇ ਹੋਏ ਨੇ ਪ੍ਰਮਾਤਮਾ ਤੋਂ ਆਪਣੀ ਬਾਛ ਢਾਲ ਲਈ ਹੈ ਇਹ ਇਨਾਂ ਲੋਕਾਂ ਨੇ ਗੁਰੂ ਕੋਲੋਂ ਬਾਛ ਢਾਲ ਲਈਏ ਗੁਰੂ ਵਾਲੇ ਬਣਦੇ ਨਹੀਂ ਗੁਰੂ ਨੇ ਅੱਜ ਦੇ ਦਿਨ ਭਾਰੀ ਬਖਸ਼ਿਸ਼ ਕੀਤੀ ਹੈ ਖੰਡੇ ਬਾਟੇ ਦੀ ਅਮਰ ਦੀ ਦਾਤ ਬਖਸ਼ੀ ਗੁਰੂ ਵਾਲੇ ਬਣਨ ਦੀ ਸਿੱਖਿਆ ਦਿੱਤੀ ਹੈ ਉਹ ਜਿਹੜੇ ਗੁਰੂ ਵਾਲੇ ਬਣਦੇ ਨਹੀਂ ਉਹ ਹਰ ਪਛਤਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਧੀਰਜ ਨਹੀਂ ਆਉਂਦਾ ਉਹਨਾਂ ਦੇ ਮਨ ਦੇ ਵਿੱਚ ਮਾਇਆ ਦਾ ਬੜਾ ਪ੍ਰਭਾਵ ਹੈ ਗੁਰੂ ਵਾਲੇ ਇੱਕ ਕਦਮ ਵੀ ਵਧਣਾ ਨਹੀਂ ਚਾਹੁੰਦੇ ਇਸ ਕਰਕੇ ਦੁਖੀ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਇਹ ਜਿਹੜੀ ਗੱਲ ਹੈ ਇਹ ਸੰਸਾਰ ਦੇ ਲੋਕਾਂ ਦੇ ਪੂਰੀ ਟੁਕਦੀ ਏ ਕਿ ਪ੍ਰਮਾਤਮਾ ਨੂੰ ਭੁੱਲ ਕੇ ਗੁਰੂ ਵਾਲੋਂ ਬੇਮਖੋ ਕੇ ਖਵਾਰੀ ਹੀ ਖਵਾਰੀ ਹੈ ਹੁਣ ਕਈਆਂ ਨੂੰ ਪੁੱਛੀਏ ਕਿ ਭਾਈ ਤੁਸੀਂ ਗੁਰੂ ਵਾਲੇ ਕਿਉਂ ਨਹੀਂ ਬਣਦੇ ਪ੍ਰਮਾਤਮਾ ਦਾ ਨਾਮ ਜਪੋ ਗੁਰੂ ਵਾਲੇ ਬਣੋ ਅਮਰਤ ਛਕੋ ਕਹਿੰਦੇ ਵੀ ਅਜੇ ਪੁੱਤਰ ਵਿਆਹਣਾ ਐ ਪੁੱਤਰੇ ਵਿਆਹਣੇ ਨੇ ਅਜੇ ਘਰ ਵਾਲੀ ਨਹੀਂ ਮੰਨਦੀ ਅਜੇ ਦੁਨੀਆ ਵਾਲੇ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਗਵਾਂਢੀ ਕੀ ਕਹਿਣਗੇ ਬਾਬਾ ਬਣ ਗਿਆ ਹੈ ਅਮਰ ਛਕ ਲਿਆ ਇਹ ਤਰਾਂ ਤਰਾਨੀਆਂ ਹਜਤਾ ਨੇ ਸਾਡੇ ਮਨ ਦੇ ਵਿੱਚ ਆਉਂਦੀਆਂ ਨੇ ਇਹ ਬਹਾਨੇ ਨੇ ਫਿਰ ਮਹਾਰਾਜ ਆਖਦੇ ਨੇ ਕਿ ਜੇ ਤੂੰ ਇਹ ਗੱਲ ਆਖਦਾ ਏਂ ਤਾਂ ਧਿਆਨ ਨਾਲ ਸੁਣ ਪੁੱਤਰ ਕਲਤਰ ਨਾ ਸੰਗ ਤਨਾ ਹਰ ਅਵੇਨਾਸੀ ਓਹ ਮਾਰੇ ਕਹਿੰਦੇ ਜਿਹੜੇ ਪੁੱਤਰਾਂ ਕਰਕੇ ਪ੍ਰਮਾਤਮਾ ਨੂੰ ਬੁਲਾਇਆ ਏ ਗੁਰੂ ਤੋਂ ਬੇਮੁਖ ਹੈ ਜਿਸ ਇਸਤਰੀ ਕਰਕੇ ਕਲਤਰ ਹੈ ਇਸਤਰੀ ਆਪਣੀ ਘਰ ਵਾਲੀ ਪਿਛੇ ਲੱਗ ਕੇ ਗੁਰੂ ਵੱਲ ਨਹੀਂ ਵਧਾ ਹੋਰ ਇਸਤਰੀਆਂ ਦੇ ਪਿਛੇ ਮਨੰਦਰਾ ਜਿਹੜਾ ਭੜਕਦਾ ਹੈ ਰੂਪ ਰੰਗ ਦੇ ਪਿਛੇ ਧਿਆਨ ਨਾਲ ਸੁਣ ਇਹ ਤੇਰੇ ਸੰਗੀ ਸਾਥੀ ਨਹੀਂ ਅੰਤ ਵੇਲੇ ਤੇ ਨਾ ਹੀ ਧਨ ਜਿਸ ਧਨ ਨੂੰ ਕਮਾਉਣ ਵਾਸਤੇ ਦਿਨ ਰਾਤ ਭੱਜਾ ਫਿਰਦਾ ਹੈ ਜਪਦੀ ਸਹਿ ਪੜਨ ਦਾ ਟਾਈਮ ਤੇਰੇ ਕੋਲ ਨਹੀਂ ਰਾਸ ਦਾ ਟਾਈਮ ਤੇਰੇ ਕੋਲ ਨਹੀਂ ਸਿਰੇ ਉੱਠਣ ਦਾ ਨੇਮ ਨਹੀਂ ਸ਼ਾਮਾਂ ਨੂੰ ਸੌਣ ਦਾ ਨਹੀਂ ਸਿਰਫ ਕੰਮ ਹੀ ਕੰਮ ਹੈ ਮਾਇਆ ਦੇ ਪਿਛੇ ਭੱਜਾ ਫਿਰਨ ਵਾਲੇ ਲੋਕਾਂ ਨੂੰ ਇਹ ਮਾਰੇ ਦੱਸ ਰਹੇ ਨੇ ਵੀ ਇਹ ਤੁਹਾਡੇ ਸੰਗੀ ਸਾਥੀ ਨਹੀਂ ਜੇ ਹੈ ਤੇ ਹਰ ਅਵਿਨਾਸੀ ਉਹ ਸਿਰਫ ਇੱਕ ਪਰਮਾਤਮਾ ਜਿਹੜਾ ਨਾਸ ਤੋਂ ਰਹਿਤ ਹੈ ਉਹੀ ਤਰ੍ਹਾਂ ਸੰਗੀ ਸਾਥੀ ਏ ਬਾਕੀ ਸਭ ਇਸ ਸਾਥ ਛੱਡਣ ਵਾਲੇ ਨੇ ਅਗੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਪਲਚ ਪਲਚ ਸਗਲੀ ਮਈ ਝੂਠੇ ਤੰਦੈ ਮੋਹ ਕਹਿੰਦੇ ਜ ਸੰਸਾਰ ਨੂੰ ਵੇਖ ਰਹੇ ਆ ਜਦੋਂ ਤੋਂ ਦੁਨੀਆ ਬਣੀ ਐ ਇਹਨਾਂ ਝੂਠੇ ਤੰਦਿਆਂ ਦੇ ਵਿੱਚ ਮਾਇਆ ਦੇ ਪਸਾਰੇ ਦੇ ਵਿੱਚ ਪਲਚ ਪਲਚ ਕੇ ਖਵਾਰ ਹੋ ਕੇ ਬਾਰ ਬਾਰ ਜਿਹੜੀ ਹੈ ਇਹ ਮਰ ਰਹੇ ਨੇ ਲੋਕ ਜੰਮਦੇ ਨੇ ਮਰਦੇ ਨੇ ਇਹ ਮਾਇਆ ਦੇ ਮੋਹ ਦੇ ਵਿੱਚ ਝੂਠੇ ਤੰਦਿਆਂ 'ਚ ਫਸੇ ਹੋਏ ਨੇ ਜਿਨ੍ਹਾਂ ਨੂੰ ਕੱਢ ਸਕਦਾ ਹੈ ਤੇ ਪੂਰਾ ਗੁਰੂ ਕੱਢ ਸਕਦਾ ਹੈ ਪਰ ਪੂਰੇ ਗੁਰੂ ਦੀ ਸ਼ਰਣ ਦੇ ਵਿੱਚ ਆਉਂਦੇ ਨਹੀਂ ਇਸ ਕਰਕੇ ਇਹ ਪਲਚ ਪਲਚ ਕੇ ਖਵਾਰ ਹੋ ਰਹੇ ਨੇ ਇਕਸ ਹਰ ਕੇ ਨਾਮ ਬਿਨ ਅੱਗੇ ਲਈਹ ਕੋਹ ਇਕ ਪਰਮਾਤਮਾ ਵੈਗੁਰੂ ਦੇ ਨਾਮ ਤੋਂ ਬਿਨਾ ਜੇ ਕੋਈ ਆਖੇ ਵੀ ਮੈਂ ਨਾਮ ਨਹੀਂ ਜਪਣਾ ਮੈਂ ਤੇ ਪੈਸੇ ਦੇ ਨਾਲ ਦਾਨ ਪੁੰਨ ਬੜਾ ਕਰ ਦੇਣਾ ਹੈ ਮੈਂ ਤੇ ਸਮਾਜ ਸੇਵੀ ਬੜਾ ਵੱਡਾ ਹਾਂ ਮੈਂ ਤੇ ਬੜੇ ਲੋਕਿਆਂ ਦਾ ਭਲਾ ਕੀਤਾ ਹੈ ਮੈਨੂੰ ਨਾਮ ਜਪਣ ਦੀ ਕੀ ਲੋੜ ਏ ਆਮ ਹੀ ਕਹੀ ਗਏ ਦਿੰਦੇ ਨੇ ਜੀ ਚੰਗੇ ਕਰਮ ਕਰੋ ਲੋਕਾਂ ਦੀ ਸੇਵਾ ਕਰੋ ਲੋਕਾਈ ਦੀ ਸੇਵਾ ਕਰੋ ਮਨੁੱਖਤਾ ਦੀ ਸੇਵਾ ਕਰੋ ਨਾਮ ਜਪਣ ਦੀ ਕੀ ਲੋੜ ਹੈ ਗੁਰੂ ਵਾਲੇ ਬਣਨ ਦੀ ਕੀ ਲੋੜ ਹੈ ਇਹੜੇ ਕੀਤੇ ਕਰਮ ਨੇ ਅਹੀ ਅੱਗੇ ਜਾਣੇ ਨੇ ਇਹਨਾਂ ਦੇ ਮਨ ਦਾ ਭਲੇਖਾ ਹੈ ਜਾਂ ਗੁਰੂ ਸਾਹਿਬ ਕੱਢ ਰਹੇ ਨੇ ਇਸ ਪੰਕਤੀ ਦੇ ਵਿੱਚ ਮਹਾਰਾਜ ਆਖਦੇ ਨੇ ਕਿ ਗੁਰੂ ਵਾਲੇ ਬਣ ਤੋਂ ਬਿਨਾ ਨਾਮ ਜਪਣ ਤੋਂ ਬਿਨਾ ਹੋਰ ਜਿਹੜੇ ਕਰਮ ਕੀਤੇ ਨੇ ਭਾਵੇਂ ਕੀਤੇ ਵਧੀਆ ਨੇ ਕਰਮ ਭਾਵੇਂ ਸਮਾਜ ਸੇਵੀ ਹੈ ਕੋਈ ਕਿਸੇ ਨੇ ਦਾਨ ਪਨ ਕੀਤਾ ਹੈ ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਏ ਨਿਆਸਰੇ ਦਾ ਆਸਰਾ ਬਣਿਆ ਭਾਵੇਂ ਕੋਈ ਪਰ ਯਾਦ ਰੱਖਣਾ ਵੀ ਇਹ ਜਿਹੜੇ ਕਰਮ ਨੇ ਇਹ ਤੁਰ ਦਰਗਾਹ ਸੱਚਖੰਡ ਤੱਕ ਨਾਲ ਨਹੀਂ ਜਾਣੇ ਸੱਚਖੰਡ ਤੱਕ ਸਿਰਫ ਜਾਣਾ ਹੈ ਤੇ ਨਾਮ ਜਾਣਾ ਹੈ ਜਿਹੜਾ ਗੁਰੂ ਕੋਲੋਂ ਲੈ ਕੇ ਜਪਿਆ ਹੋਇਆ ਹੈ ਜਿਹੜੇ ਬਾਕੀ ਕਰਮ ਨੇ ਦਾਨ ਪੁੰਨ ਹੈ ਸਮਾਜ ਸੇਵੀ ਦੇ ਕੰਮ ਨੇ ਮਾਰੇ ਕਹਿੰਦੇ ਅੱਗੇ ਲਈਹ ਖੋਹੇ ਇਹ ਰਾਜ ਜਮ ਜਿਹੜੇ ਨੇ ਖੋਲਿੰਦੇ ਨੇ ਜੇ ਕੋ ਪਾਤੀ ਸਜ਼ਾ ਮਿਲਦੀ ਹੈ ਕਸ਼ਟ ਮਿਲਣਾ ਹੈ ਤੇ ਜਮ ਫਿਰ ਜਿਹੜੇ ਨੇ ਇਹ ਕਰਮਾਂ ਦੇ ਹਿਸਾਬ ਨਾਲ ਉਹਦੀ ਸਜ਼ਾ ਮਾਫ ਕਰ ਦਿੰਦੇ ਨੇ ਇਹੜੇ ਚੰਗੇ ਕਰਮ ਨੇ ਰਾਜ ਲੁੱਟ-ਬਟ ਲੈਣੇ ਨੇ ਜਮ ਇਹ ਰਸਤੇ ਦੀ ਖੇਡ ਹੈ ਇਹ ਰਸਤੇ ਦਾ ਖਰਚ ਹੈ ਤੁਰ ਅਦਰਗਾ ਤਾਂ ਕਿ ਪ੍ਰਵਾਨ ਨਹੀਂ ਹਨ ਉਥੇ ਜੇ ਪ੍ਰਵਾਨ ਹੈ ਤੇ ਉਹ ਹੈ ਸਤਨਾਮ ਸ੍ਰੀ ਵਾਹਿਗੁਰੂ ਅੱਗੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਦਇਓ ਵਿਸਾਰ ਵਿਗੁੱਚੜਾ ਰਬ ਬਿਨ ਅਵਰ ਨ ਕੋਈ ਇਹ ਪਾਠ ਦਇਓ ਪੜਨਾ ਹੈ ਇਹਨੂੰ ਦੱਜ ਨਹੀਂ ਪੜ ਦੇਣਾ ਦਇਓ ਵਿਸਾਰ ਵਿਗੁੱਚੜਾ ਦਇਓ ਦਾ ਮਤਲਬ ਹੈ ਕਿ ਜਿਹੜਾ ਪ੍ਰੇਰਣਾ ਕਰਨ ਵਾਲਾ ਪ੍ਰਮਾਤਮਾ ਹੈ ਮਨ ਦੇ ਵਿੱਚ ਚੰਗੇ ਖਿਆਲ ਪਾਉਂਦਾ ਹੈ ਚੰਗੀ ਪ੍ਰੇਰਣਾ ਕਰਨ ਵਾਲਾ ਹੈ ਸਾਰੇ ਜੀਵ ਜਿਹਦੇ ਆਸਰੇ ਦੇ ਉੱਤੇ ਕੰਮ ਕਰਦੇ ਨੇ ਉਹਨੂੰ ਵਿਸਾਰ ਕੇ ਬਿਗੁੱਚਣਾ ਭਾਵ ਕੇ ਖਵਾਰੀ ਹੀ ਹੈ ਉਹਨੂੰ ਭੁੱਲ ਜਾਣ ਦੇ ਵਿੱਚ ਬਰਬਾਦੀ ਹੀ ਹੈ ਤੇ ਧਿਆਨ ਰੱਖੋ ਵੀ ਪ੍ਰਭ ਬਿਨ ਅਵਰ ਨਾ ਕੋਏ ਉਹਦੇ ਤੋਂ ਬਿਨਾ ਸੰਗੀ ਸਾਥੀ ਕੋਈ ਨਹੀਂ ਤੁਹਾਡਾ ਪ੍ਰੀਤਮ ਚਰਣੀ ਜੋ ਲੱਗੇ ਤਨ ਕੀ ਨਿਰਮਲ ਸੋਏ ਜਿਹੜੇ ਉਸ ਪ੍ਰਮਾਤਮਾ ਵਾਹਿਗੁਰੂ ਸੱਜਣ ਦੀ ਚਰਨੀ ਲੱਗਦੇ ਨੇ ਗੁਰੂ ਦੀ ਚਰਨੀ ਲੱਗਦੇ ਨੇ ਉਹ ਭਾਈ ਲੋਕ ਤੇ ਪਰਲੋਕ ਦੇ ਵਿੱਚ ਸ਼ੋਭਾ ਪਾਉਂਦੇ ਨੇ ਉਹਨਾਂ ਦੀ ਜਿਹੜੀ ਨਿਰਮਲ ਸ਼ੋਭਾ ਹੈ ਮੈਲ ਤੋਂ ਰਹਿਤ ਚੰਗੀ ਜਿਹੜੀ ਵਡਿਆਈ ਅਸਲ ਵਡਿਆਈ ਹੈ ਉਥੇ ਜੈਜੈਕਾਰ ਹੁੰਦੀ ਏ ਇੱਥੇ ਲੋਕੀ ਚਾਰ ਛਲੜਾਂ ਦੇ ਨਾਲ ਪੈਸੇ ਦੇ ਨਾਲ ਚਾਰਕ ਦਿਨ ਵਾਵਾ ਤਾਂ ਕਰਾ ਲੈਂਦੇ ਨੇ ਆਸਾ ਪਾਸਾ ਬਣਾ ਲੈਂਦੇ ਨੇ ਔਰ ਵਾਲਸ਼ਾਲ ਕਰਕੇ ਦੁਨੀਆ 'ਚ ਵਿੱਚ ਪ੍ਰਭਾਵ ਤਾਂ ਛੜ ਲੈਂਦੇ ਨੇ ਦੁਨੀਆ ਵਾਲੇ ਚੰਗਾ ਚੰਗਾ ਕਹਿ ਲੈਂਦੇ ਨੇ ਪਰ ਇਹ ਵਿਡਿਆਈ ਅੱਗੇ ਨਹੀਂ ਜਾਂਦੀ ਅੱਗੇ ਵਿਡਿਆਈ ਜਿਹੜੀ ਹੈ ਉਹ ਨਾਮ ਦੀ ਹੀ ਹੈ ਇਸ ਕਰਕੇ ਮਹਾਰਾਜ ਆਖਦੇ ਨੇ ਇਸ ਜਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਅਗੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਨਾਨਕ ਕੀ ਪ੍ਰਭ ਬੇਨਤੀ ਰਬ ਮਿਲੋ ਪ੍ਰਾਪਤ ਹੋਏ ਗੁਰੂ ਸਾਹਿਬ ਜੀ ਸਾਨੂੰ ਅਰਦਾਸ ਕਰਨ ਦੀ ਇਜਾਜ਼ਤ ਦੱਸਦੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ हे ਪ੍ਰਭੂ ਪਰਮਾਤਮਾ ਵਾਹਿਗੁਰੂ ਮੇਰੀ ਬੇਨਤੀ ਹੈ ਮੇਰੀ ਇਹ ਅਰਦਾਸ ਹੈ ਕਿ ਮੈਨੂੰ ਆਪਣੇ ਨਾਲ ਮਿਲਾ ਲਓ ਮੈਨੂੰ ਆਪਣੇ ਵਿੱਚ ਅਪੇਧ ਕਰ ਲਓ ਇਹ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਜੇ ਮੰਗਣਾ ਹੈ ਤੇ ਮਹਾਰਾਜ ਕੋਲੋਂ ਮੰਗੋ ਮਹਾਰਾਜ ਆਪਣੇ ਵਿੱਚ ਹੀ ਮਲਾ ਲਓ ਆਪਣਾ ਸਰੂਪ ਬਣਾ ਲਓ ਆਪਣੇ ਸੂਪ ਦੇ ਵਿੱਚ ਅਪੇਧ ਕਰ ਲਓ ਤਾਂ ਜੋ ਜਨਮ ਤੇ ਮਰਨ ਦਾ ਇਹ ਵਿਛੋੜਾ ਹੈ ਇਹ ਖਤਮ ਹੋ ਜਾਏ ਤੁਹਾਡੇ ਸਰੂਪ ਚ ਮਿਲਣ ਤੋਂ ਬਿਨਾ 84 ਲੱਖ ਜੁਨ ਦਾ ਢੇੜਾ ਖਤਮ ਹੋਣਾ ਨਹੀਂ ਮਹਾਰਾਜ ਕਹਿੰਦੇ ਜੇ ਮੰਗਣਾ ਹੈ ਤੇ ਨਾਮ ਮੰਗੋ ਪਰਮਾਤਮਾ ਦੀ ਪ੍ਰਾਪਤੀ ਮੰਗੋ ਇਹ ਸਭ ਤੋਂ ਵੱਡੀ ਅਤੇ ਸ਼੍ਰੇਸ਼ਟ ਮੰਗ ਹੈ ਅੱਗੇ ਅਖੀਰਲੀ ਪੰਕਤੀ ਵਿੱਚ ਮਹਾਰਾਜ ਕੀ ਬਖਸ਼ਿਸ਼ ਕਰਦੇ ਨੇ ਪਾਵਨ ਵਿਦੇਸ਼ ਆਓ ਸਰਵਣ ਕਰੀਏ ਜੀ ਵੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਇ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਭਾਈ ਵਿਸਾਖ ਦਾ ਮਹੀਨਾ ਤਾਂ ਹੀ ਸੋਹਣਾ ਲੱਗਦਾ ਏ ਤਾਹੀਂ ਚੰਗਾ ਲੱਗਦਾ ਹੈ ਤਾਂ ਹੀ ਸੁਹਾਵਣਾ ਹੈ ਸੁਖਦਾਈ ਹੈ ਜੇ ਸੰਤ ਭੇਟੇ ਹਰ ਸੋਏ ਜੇ ਉਸ ਪ੍ਰਮਾਤਮਾ ਦਾ ਵਾਹਿਗੁਰੂ ਦਾ ਨਾਮ ਜਪਣ ਵਾਲਾ ਕੋਈ ਪੂਰਾ ਮਹਾਪੁਰਖ ਸੰਤ ਮਹਾਪੁਰਖ ਮਿਲ ਜਾਵੇ ਤੇ ਇਹ ਮਨੁੱਖਾ ਜਨਮ ਜਿਹੜਾ ਵਿਸਾਖ ਦਾ ਮਹੀਨਾ ਹੈ ਇਹ ਸਫਲ ਹੋ ਜਾਂਦਾ ਹੈ ਇਹ ਸੁਹਾਵਣਾ ਹੋ ਜਾਂਦਾ ਹੈ ਸੰਤ ਕਹੇ ਕਿ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਰਾਉਣ ਵਾਲਾ ਪੂਰਾ ਸਤਿਗੁਰੂ ਮਿਲ ਜਾਵੇ ਪੂਰੇ ਸਤਗੁਰੂ ਦੀ ਚਰਨੀ ਜਿਹੜੇ ਲੱਗ ਜਾਂਦੇ ਨੇ ਉਹਨਾਂ ਲਈ ਮਨੁੱਖਾ ਜਨਮ ਜਿਹੜਾ ਹੈ ਸੁਹਾਵਾ ਹੈ ਵਿਸਾਖ ਦਾ ਮਹੀਨਾ ਸੁਹਾਵਾ ਹੈ ਗੁਰੂ ਕੀ ਸਾਧ ਸੰਗਤ ਜਿਹਨੂੰ ਮਿਲ ਗਈ ਹੈ ਨਾਮ ਮਿਲ ਗਿਆ ਹੈ ਸੰਗਤ ਵਿੱਚ ਬਹਿ ਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਲਈ ਵੈਸਾਖ ਸੁਹਾਵਾ ਤਾਂ ਲੱਗਾ ਉਹਨਾਂ ਨੂੰ ਬੜਾ ਸੋਹਣਾ ਲੱਗਦਾ ਹੈ ਬੜੇ ਖੁਸ਼ ਨੇ ਕੁਝ ਹਾਲ ਨੇ ਇਸ ਕਰਕੇ ਮਹਾਰਾਜ ਜੀ ਨੇ ਪਾਵਨ ਬਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾ ਅੱਗੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਝੂਠੇ ਤੰਦੇ ਜਿਹੜੇ ਨੇ ਇਹ ਇੱਥੇ ਹੀ ਰਹਿ ਜਾਣੇ ਨੇ ਨਾਲ ਨਿਭਣੇ ਨਹੀਂ ਕੋਈ ਸੰਗੀ ਸਾਥੀ ਨਾਲ ਨਹੀਂ ਜਾਣਾ ਇਸ ਕਰਕੇ ਗੁਰੂ ਦੀ ਚਰਨੀ ਲੱਗੋ ਗੁਰੂ ਕੋਲੋਂ ਨਾਮ ਦੀ ਪ੍ਰਾਪਤੀ ਹੋਵੇਗੀ ਤੇ ਨਾਮ ਜਪਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੈ ਤੇ ਪਰਮੇਸ਼ਰ ਦੀ ਪ੍ਰਾਪਤੀ ਉਹਦਣ ਹੈ ਜਦੋਂ ਨਾਮ ਜਪ ਕੇ ਉਹਦੇ ਵਿੱਚ ਅਭੇਦ ਹੋ ਜਾਗੇ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਤੇ ਜਨਮ ਮਰਨ ਤੋਂ ਰਹਿਤ ਹੋ ਜਾਗੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਪਾਵਨ ਪ੍ਰਦੇਸ਼ ਪਸਾਖ ਮਹੀਨੇ ਦਾ ਸਾਨੂੰ ਬਖਸ਼ਿਸ਼ ਕੀਤਾ ਹੈ ਸਭ ਸੰਗਤਾਂ ਨੂੰ ਇੱਕ ਵਾਰ ਫੇਰ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਹੋਣ ਆਓ ਖੇਲੀਆਂ ਪੰਕਤੀਆਂ ਪੜ੍ਹ ਕੇ ਇਸ ਮਾਪਤੀ ਕਰੀਏ ਜੀ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਇ ਵੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟ ਹਰ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ